ਅਸੀਂ ਮੌਜੂਦ ਹਾਂ ਜੀ ਇਸ ਟਾਈਮ ਮਾਜਰੇ ਦੇ ਵਿੱਚ ਸਥਿਤ ਇਹ ਫਾਰਮ ਹਾਊਸ। ਤੁਸੀਂ ਸਾਡੇ ਬੈਕ ਸਾਈਡ ਦੇਖ ਰਹੇ ਹੋ, ਇੱਥੇ ਇੱਕ ਰਾਤੀ ਵਾਰਦਾਤ ਹੋਈ ਹੈ ਜਿਸ ਵਿੱਚ ਇੱਕ ਗੋਪਾਲ ਸਨਾਰ ਨਾਂ ਦੇ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਕੀ ਹੈ, ਕਤਲ ਹੈ ਜਾਂ ਕੁਝ ਹੋਰ ਹੈ, ਇਸ ਦੀ ਜਾਣਕਾਰੀ ਅਸੀਂ ਪਰਿਵਾਰ ਮੈਂਬਰਾਂ ਤੋਂ ਲੈਂਦੇ ਹਾਂ। ਤੁਸੀਂ ਸਾਡੇ ਬੈਕ ਸਾਈਡ ਦੇਖ ਰਹੇ ਹੋ, ਇਸ ਟਾਈਮ ਇੱਥੇ ਇਹਨਾਂ ਦੇ ਰਿਸ਼ਤੇਦਾਰ ਵੀ ਮੌਜੂਦ ਨੇ ਅਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਕੇ ਇੱਥੇ ਤਫਤੀਸ਼ ਕਰਕੇ ਗਿਆ ਹੈ। ਪਤਾ ਥਾਣੇ ਤੋਂ ਵੀ ਕਰਾਂਗੇ ਕਿ ਸਾਰੀ ਜਾਣਕਾਰੀ ਕੀ ਹੈ। ਪਹਿਲਾਂ ਪਰਿਵਾਰ ਦੇ ਮੈਂਬਰਾਂ ਤੋਂ ਪੁੱਛ ਲੈਂਦੇ ਹਾਂ ਕਿ ਇਸ ਵਾਰਦਾਤ ਦਾ ਕੀ ਕਾਰਨ ਹੈ, ਕੀ ਵਾਪਰਿਆ ਸੀ। ਜਿਸ ਵਿਅਕਤੀ ਦੀ ਮੌਤ ਹੋਈ ਹੈ ਉਹਨਾਂ ਦੀ ਘਰਵਾਲੀ ਸਾਡੇ ਨਾਲ ਇੱਥੇ ਮੌਜੂਦ ਹੈ, ਕਮਲਾ, ਇਹਨਾਂ ਨੂੰ ਪੁੱਛ ਲੈਂਦੇ ਕੀ ਹੋਇਆ ਸੀ ਜੀ, ਸਾਰੀ ਘਟਨਾ ਬਾਰੇ ਸਾਨੂੰ ਜਾਣਕਾਰੀ ਦਿਓ। ਮੇਰੇ ਕੋਲ ਤਾਂ ਕੁਛ ਪਤਾ ਨਹੀਂ ਹੈ ਜੀ, ਇਸੀ ਕੋ ਪਤਾ ਹੈ। ਅੱਛਾ, ਕਿਆ ਆਪਕੋ ਪਤਾ ਕਿਆ ਹੁਆ ਥਾ, ਬਤਾਓ ਜੀ। ਮੇਰੀ ਮੰਮੀ ਪਹਿਲੇ ਬੇਹੋਸ਼ ਹੋ ਗਈ ਥੀ। ਹਾਂਜੀ, ਨਹੀਂ ਜੋ ਜੋ ਆਪਕੇ ਘਰ ਮੇ ਘਟਨ ਇਹ ਹਾਦਸਾ ਵਾਪਰਾ ਉਸਕੇ ਬਾਰੇ ਮੇ ਬਤਾਓ ਕਿਆ ਹੁਆ ਥਾ। ਪਹਿਲੇ ਤਾਂ ਕੁਛ ਪਤਾ ਨਹੀਂ ਚਲਾ, ਹਮ ਲੋਗੋ ਕੋ, ਹਮ ਲੋਗ ਅੰਦਰ ਸੋ ਰਹੇ ਥੇ। ਪਹਿਲੇ ਮੰਮੀ ਪਾਪਾ ਕੋ ਸ਼ਾਇਦ ਉਨ ਲੋਗੋ ਨੇ ਮਾਰ ਕੇ ਬੇਹੋਸ਼ ਕਰ ਦਿਆ ਹੋਣਾ, ਫਿਰ ਦਰਵਾਜ਼ਾ ਖਟਖਟਾਇਆ, ਹਮ ਲੋਗੋ ਕੋ, ਹਮ ਲੋਗ ਅੰਦਰ ਸੋ ਰਹੇ ਥੇ ਨਾ, ਤੋ ਇਕਦਮ ਸੇ ਚਾਰ ਜਣੇ ਅੰਦਰ ਚਲੇ ਗਏ। ਅੱਛਾ, ਹਾਂਜੀ, ਕੋ ਤੇ ਪੰਜਾਬੀ ਥੇ ਜਾਂ ਕੋਈ ਔਰ ਥੇ, ਐਸੇ ਨਹੀਂ ਪਤਾ ਹੈ, ਪੰਜਾਬੀ ਥੇ ਕਿ ਐਸੇ ਤੇ ਹਿੰਦੀ ਬੋਲ ਰਹੇ ਥੇ ਉਹ ਲੋਗ। ਅੱਛਾ, ਹਾਂਜੀ, ਆਪਕੀ ਕੋਈ ਪੁਰਾਣੀ ਰੰਜਿਸ਼ ਹੈ ਜਿਸ ਕੀ ਵਜ੍ਹਾ ਸੇ ਇਹ ਸਭ ਹੋਇਆ ਹੈ? ਨਹੀਂ ਸਰ, ਨਹੀਂ। ਅੱਛਾ, ਜੋ ਜਿਸਕੀ ਮੌਤ ਹੋਈ ਹੈ ਉਸਕਾ ਕਿਆ ਪਤਾ ਲਗਾ, ਕੈਸੇ ਹੋਈ ਹੈ? ਅਭੀ ਕੁਛ ਪਤਾ ਨਹੀਂ ਚਲਾ ਹੈ, ਅਭੀ ਲੈ ਕੇ ਗਏ ਹੋਏ ਨਾ, ਪੋਸਟਮਾਰਟਮ ਕੀ ਰਿਪੋਰਟ ਸੇ ਪਤਾ ਚਲੇਗਾ। ਯਹਾਂ ਸੇ ਕੁਛ ਆਪਕਾ ਯਹਾਂ ਸੇ ਲੂਟ ਪਾਟ ਵੀ ਹੋਈ ਹੈ ਕੁਛ? ਹਾਂਜੀ। ਕਿਆ ਕਿਆ ਲੈ ਕੇ ਗਏ ਹੈ? ਪੈਸੇ, ਗਹਿਣੇ। ਅੱਛਾ, ਹਾਂਜੀ, ਕਿਆ ਕਿਆ ਤਾਂ ਉਸਮੇ ਪਤਾ ਲਗਾ ਕੁਛ? ਹਾਂਜੀ, ਸੋਨੇ ਕੀ ਚੀਜ਼ੇ ਥੀ। ਅੱਛਾ, ਹਾਂਜੀ। ਅਬ ਪੁਲਿਸ ਪ੍ਰਸ਼ਾਸਨ ਯਹਾਂ ਆਇਆ ਥਾ, ਕਿਆ ਕਹਿ ਕੇ ਗਏ ਆਪਕੋ, ਕਿਆ ਬਾਤਚੀਤ ਹੋਈ ਆਪਕੀ? ਉਹਨਾਂ ਨੇ ਕਿਹਾ ਹੋਇਆ ਕਿ ਢੂੰਡੇਂਗੇ ਉਨਕੋ ਜਿਨ੍ਹਾਂ ਨੇ ਲੈ ਰੱਖਾ ਹੈ। ਅੱਛਾ, ਹਾਂਜੀ। ਨਹੀਂ, ਆਪਕੋ ਕਿਸੀ ਪੇ ਸ਼ੱਕ ਹੈ, ਕਿਸੀ ਪੇ ਕੋਈ ਡਾਊਟ ਹੈ, ਕੋਈ ਆਤਾ ਹੋ, ਪਹਿਲੇ ਆਤਾ ਹੋ ਆਪਕੇ ਘਰ, ਐਸਾ ਕੋਈ? ਨਹੀਂ ਨਹੀਂ, ਐਸਾ ਕੋਈ ਕਿਸੀ ਕੇ ਸਾਥ ਕੋਈ ਦੁਸ਼ਮਣੀ ਨਹੀਂ ਹੈ। ਹਮ ਲੋਗ ਕਾਫੀ ਸਾਲ ਸੇ ਯਹਾਂ ਪੇ ਰਹੇ, ਸਾਰੇ ਲੋਗ ਜਾਣਤੇ ਹੈ ਯਹਾਂ ਕੇ। ਅੱਛਾ, ਐਸੀ ਕੋਈ ਬਾਤ ਨਹੀਂ, ਕਿਸੀ ਸੇ ਕੋਈ ਦੁਸ਼ਮਣੀ ਨਹੀਂ ਹੈ। ਅੱਛਾ, ਹਾਂਜੀ। ਨਹੀਂ, ਅਭੀ ਜੋ ਨੁਕਸਾਨ ਹੋਇਆ ਹੈ, ਪੈਸੇ ਕਿਤਨੇ ਪੈਸੇ ਹੈ, ਕਿਤਨੇ ਦੇ? 40-50 ਹਜ਼ਾਰ ਥੇ ਕਹਿ ਰਹੀ ਥੀ ਮੰਮੀ। ਅੱਛਾ, ਹਾਂਜੀ। ਕੌਣ ਕੌਣ ਥਾ ਯਹਾਂ ਘਰ ਮੇ ਉਸ ਟਾਈਮ ਜਿਸ ਟਾਈਮ ਇਹ ਹਾਦਸਾ ਹੋਇਆ? ਮੇਰੇ ਮੰਮੀ ਪਾਪਾ ਥੇ, ਮੇਰੇ ਭਾਭੀ ਔਰ ਹਮਾਰੇ ਬੱਚੇ। ਕਿਤਨੇ ਵਜੇ ਕਾ ਟਾਈਮ ਥਾ? 12 ਵਜੇ। ਅੱਛਾ, ਹਾਂਜੀ। ਨਹੀਂ, ਉਹਨਾਂ ਨੇ ਆ ਕੇ ਦਰਵਾਜ਼ਾ ਖੜਕਾਇਆ ਪਹਿਲੇ ਜਾਂ ਇਕਦਮ ਉਸ ਅੰਦਰ ਆ ਗਏ? ਉਹ ਦਰਵਾਜ਼ਾ ਖਟਖਟਾਇਆ ਤਾਂ ਜ਼ੋਰ ਜ਼ੋਰ ਸੇ ਖਟਖਟਾਣੇ ਲੱਗੇ, ਤਾਂ ਮੇਰੇ ਭਾਭੀ ਨੇ ਖੋਲਾ ਦਰਵਾਜ਼ਾ। ਅੱਛਾ, ਪੁੱਛਾ ਨਹੀਂ ਪਹਿਲੇ ਆਪਨੇ ਵੀ ਕੌਣ ਹੈ ਬਾਹਰ? ਨਹੀਂ, ਹਮਾਰੇ ਮੰਮੀ ਪਾਪਾ ਬਾਹਰ ਸੋਤੇ ਥੇ, ਤੋ ਇਸ ਲਈ ਹਮਨੇ ਖੋਲ ਦਿਆ ਦਰਵਾਜ਼ਾ, ਕਿ ਕਿਆ ਪਤਾ ਮੰਮੀ ਪਾਪਾ ਹੀ ਹੋ। ਅੱਛਾ, ਹਾਂਜੀ, ਮੰਮੀ ਪਾਪਾ ਹਮੇਸ਼ਾ ਬਾਹਰ ਹੀ ਸੋਤੇ। ਜਿਸਕੀ ਡੈਥ ਹੋਈ ਹੈ ਉਸਕਾ ਸ਼ਬ ਯਹਾਂ ਪੜਾ ਥਾ ਕਿ ਕਹੀਂ ਔਰ ਪੇ ਪੜਾ? ਨਹੀਂ ਨਹੀਂ, ਯਹੀਂ ਪੇ ਥਾ, ਯਹੀਂ ਪੇ ਥਾ ਜਬ ਉਹ ਲੋਕ ਜਾਣੇ ਲਗੇ ਨਾ ਲੂਟ ਪਾਟ ਕਰਕੇ, ਤੋ ਉਹਨਾਂ ਨੇ ਘਸੀਟ ਕੇ ਅੰਦਰ ਡਾਲ ਦਿਆ ਥਾ ਔਰ ਬਾਹਰ ਸੇ ਕੁੰਡੀ ਲਗਾ ਦੀ ਥੀ। ਅੱਛਾ, ਹਾਂਜੀ। ਆਪਕੀ ਮੰਮੀ ਕਹਾਂ ਥੀ ਉਸ ਟਾਈਮ? ਮੰਮੀ ਕੋ ਵੀ ਉਠਾ ਕੇ ਉਹ ਲੋਕ ਦੋ ਬੰਦੇ ਲੈ ਕੇ ਬੈਡ ਪੇ ਡਾਲ ਦਿਆ ਥਾ ਮੰਮੀ ਕੋ ਵੀ। ਇਹ ਬੇਹੋਸ਼ ਥੀ ਮੰਮੀ? ਇਤਨੇ ਹੋਸ਼ ਮੇ ਵੀ ਨਹੀਂ ਥੀ, ਬੇਹੋਸ਼ ਮੇ ਵੀ ਨਹੀਂ ਥੀ, ਮਤਲਬ ਕਿ ਥੋੜੇ ਥੋੜੇ ਹੱਥ ਪੈਰ ਚੱਲ ਰਹੇ ਥੇ ਮੰਮੀ ਕੇ ਵੀ। ਆਪਨੇ ਕੋਸ਼ਿਸ਼ ਨਹੀਂ ਕੀ ਉਨਕਾ ਪੀਛਾ ਕਰਨੇ ਕੀ? ਹਾਂ, ਕੈਸੇ ਕਰਦੇ ਸਰ, ਪੀਛਾ ਉਹ ਲੋਕ ਤਾਂ ਮਾਰਨੇ ਕੀ ਧਮਕੀ ਦੇ ਰਹੇ ਥੇ ਨਾ, ਮਾਰ ਕਿਸ ਸਾਈਡ ਗਏ ਪਤਾ ਲਗਾ ਕੁਛ? ਨਹੀਂ ਜਾਨ, ਕਿਸ ਸਾਈਡ ਗਏ ਉਹ ਵੀ ਨਹੀਂ ਪਤਾ ਚਲਾ, ਉਹਨੂੰ ਬਾਹਰ ਸੇ ਕੁੰਡੀ ਲਗਾ ਦਿਆ ਥਾ। ਅੱਛਾ, ਆਪਕੋ ਅੰਦਰ ਸੇ ਬਾਹਰ ਸੇ ਬੰਦ ਕਰ ਦਿਆ, ਲੌਕ ਕਰ ਦਿਆ? ਹਾਂਜੀ। ਅੱਛਾ, ਸਵੇਰ ਮੇਰਾ ਭਾਈ 7 ਵਜੇ ਆਇਆ ਬਾਹਰ ਸੇ, ਤੋ ਉਸਨੇ ਦੇਖਾ, ਫਿਰ ਦਰਵਾਜ਼ਾ ਖੋਲਾ ਉਸਨੇ। ਆਪਨੇ ਪੁਲਿਸ ਕੋ ਜਾਣਕਾਰੀ ਕਬ ਦੀ? ਬਸ ਯਹਾਂ ਕੇ ਜਿਸ ਫਾਰਮ ਮੇ ਰਹਤੇ ਜਿਸ ਫਾਰਮ ਮੇ ਰਹਤੇ ਉਨ ਮਾਲਿਕ ਕੋ ਫੋਨ ਕਰਾ, ਉਨ ਮਾਲਿਕ ਨੇ ਬੋਲਾ ਕਿ ਭਈ ਪੁਲਿਸ ਕੋ ਖਬਰ ਕਰ ਦੋ, ਤੋ ਹਮਨੇ ਪੁਲਿਸ ਕੋ ਖਬਰ ਕਰ ਦਿਆ, ਸਾਥ ਸਾਥ ਮਾਲਿਕ ਵੀ ਆ ਗਏ ਥੇ। ਰਾਤ ਹੀ ਕਰ ਦੀ ਥੀ ਪੁਲਿਸ ਕੋ ਖਬਰ ਕਿ ਅਭੀ ਸੁਬਹ? ਨਹੀਂ, ਰਾਤ ਮੇ ਕੈਸੇ ਕਰਤੇ, ਰਾਤ ਮੇ ਤੋ ਹਮਾਰਾ ਫੋਨ ਵੀ ਨਹੀਂ ਥਾ ਨਾ ਹਮਾਰੇ ਪਾਸ। ਅੱਛਾ, ਫੋਨ ਵੀ ਲੈ ਗਏ ਥੇ ਉਹ ਲੋਗ। ਅੱਛਾ, ਆਪਕੇ ਫੋਨ ਵੀ ਲੈ ਗਏ? ਹਾਂਜੀ। ਸਭ ਕੇ ਲੈ ਗਏ ਜਾਂ ਸਿਰਫ ਭਈ? ਇੱਕ ਹੀ ਫੋਨ ਥਾ ਘਰ ਪੇ, ਤੋ ਉਹ ਫੋਨ ਲੈ ਗਏ ਥੇ ਉਹ ਲੋਗ। ਅੱਛਾ, ਹਾਂਜੀ। ਆਪ ਕਿਆ ਮਾਨਤੇ ਹੋ ਇਸਕੋ, ਇਹ ਕਤਲ ਮਾਨਤੇ ਹੋ ਜਾਂ ਕੋਈ ਹਾਦਸਾ ਔਰ ਮਾਨਤੇ ਹੋ? ਨਹੀਂ ਨਹੀਂ, ਕਤਲ ਕਰਾਇਆ ਜਾਨ ਬੁੱਝ ਕੇ ਉਨ ਲੋਗੋ ਨੇ। ਅੱਛਾ, ਅਬ ਕਿਆ ਚਾਹਤੇ ਹੋ, ਪੁਲਿਸ ਪ੍ਰਸ਼ਾਸਨ ਸੇ ਮੰਗ ਕਿਆ ਕਰਤੇ ਹੋ ਆਪ? ਹਮ ਚਾਹਤੇ ਹੈ ਕਿ ਨਿਆਂ ਹੀ ਚਾਹਤੇ ਹੈ ਹਮ ਲੋਗ। ਅੱਛਾ, ਕਿ ਵੋ ਪਕੜਾ ਜਾਏ, ਅਪਰਾਧੀ ਕੋ ਸਜ਼ਾ ਦਿਲਾਨਾ ਚਾਹਤੇ ਹੈ। ਹਮੇ ਇਤਰੋ ਮਾਨਸੇ ਛਮ ਘਰ ਮਾ ਹਮਰੋ ਬਿਲ ਬਾਲ ਬੱਚਾ ਛ ਹਮਾਰੇ ਘਰ ਮੇ ਬਹੁਤ ਫੈਮਿਲੀ ਠੀਕ ਹੈ, ਔਰ ਇਨਕੇ ਲਈ ਦੇਖਭਾਲ ਸਾਰੇ ਕੇ ਲਿਏ ਬੱਚੇ ਕੇ ਲਿਏ ਹਮ ਇਨ ਉੱਠ ਕੇ ਸਾਰੇ ਜੀਤੇ ਥੇ ਯਹਾਂ ਪੇ ਠੀਕ ਹੈ। ਅੱਛੇ ਸੇ ਅੱਛੀ ਸਰਕਾਰ ਦੇਖ ਲੇ
क्योंकि हम भारत में रहते, नौकरी तो कुछ ही नहीं अपने पास, ठीक है, गरीब लोग है, गरीब लोग है, हमें देखो उनके ऊपर कम से कम आठ नौ फैमिली पलटी थी, लेकिन उन चले गए तो एक दुख तो होती है घर में। बस एक ही भाई है, ये इसने अपने उसको छोड़ नहीं गया था, मतलब इसके एक ही भाई था, जब गया ये, जब ये गया ना वहाँ पे रात में, तो वो लोग यहाँ पे छुपे होने, जब ये लोग छोटा सा लड़का आया हुआ था यहाँ पे रिश्तेदारी में से, तो वो रोने लगा, तो मेरा भाई उसको छोड़ने चला गया रात में, तो उसके बाद ही वो लोग आए थे रात के 12 बजे करीब। आप कहाँ थे उस टाइम? उस टाइम मैं छोड़ने गया था बच्चे को। अच्छा, तो फिर 9 बजे करीब तो मैं वहीं पर सो गया, तो पापा लोग वहीं पर थे, तो आप कहाँ सोए? तो मैं वहीं पर हूँ, ससुराल पे सो गया था। हाँ जी। अच्छा, तो फिर मैं सुबह आया तड़के 7 बजे यहाँ पर, देखो तो रो रही थी अंदर दीदी से, फिर लोग किया हुआ था बाहर से, फिर तो मैंने खोला तो क्या हुआ दीदी, पूछा तो पापा अंदर लेटे हुए थे ऐसे ही। अच्छा, कोई पुरानी रंजिश लगती है किसी से? नहीं, हमारी इतने साल हो गए, 15-20 साल पापा रहते, हम लोग छोटे छोटे यहीं पर थे, कोई रंजिश नहीं है, हम लोग ऐसे थे यहाँ पर, कोई किसी लड़ाई कुछ झगड़ा नहीं। अब पुलिस प्रशासन यहाँ पे आया था, उन्होंने आपको क्या बोला है? बोला कि हम न्याय करेंगे, आपको दिलाएंगे। अच्छा, बोले कि अभी तो फिलहाल है तो साथ में। जो आपका मालिक है उसका क्या कहना, उनका क्या कहना है? वो कह रहे हैं वो भी हमें सपोर्ट कर रहे हैं, कह रहे हैं हम लोग हैं आपके बीच, अब देखो अब कब तक रहे। अच्छा। अभी तो डैडी की डेथ हो गई है, वो कह रहे हम लोग हैं, अभी आए थे साहब भी सुबह, चले गए अभी फिलहाल। किसी पे आपको शक है, किसी पे कोई जैसे आपके पे यहाँ आता हो पहले, आपसे कोई बातचीत करता हो, मिलता जुलता हो आपसे? नहीं, ऐसा कुछ नहीं है। अच्छा, परिवार के मेंबरों की गलबात सुनी ली है कि हादसे का की कारण है, पता नहीं लग रहा कुछ भी। इन्हों का कहना है कि कुछ सोने के गहने चोरी ने, 40-50 हज़ार के करीब कैश भी इतों गायब है, तो पुलिस पार्टी इतने पहुँची सी, SHO अमनदीप सिंह की अगवाई दे विच पुलिस प्रशासन पहुँचा सी। उन्हों का कहना है कि जदों तक पोस्टमार्टम की रिपोर्ट नहीं आ जाती उदों तक असी कुछ नहीं कह सकते, अगर दोषी फड़े जाते हैं बनती कार्रवाई की जाएगी, यह घटना चोरी की है जां कतल की है, ये हाले एक शंका है, यह एक गुजलदार मसला बन चुका है। सो जदों तक सानू कोई नवी जानकारी मिलती है वो तुहाडे नाल असी सांझी करांगे। सो जिन्नी कि सानू जानकारी सी वो तुहाडे नाल असी सांझी कर चुके हैं, सो अगली जानकारी जो भी होगी तुहाडे नाल सांझी करदे रहांगे।